देखो जग दे रौनक मेले देखो जग दे रौनक मेले कुछ खेडन आंदे कुछ खेड के जांदे भंगड़े खुशियां दे ओ पांदे ਕਾਲ ਓਮ ਸ਼ਾਂਤੀ ਖੁਸ਼ੀਆਂ ਖੇੜੇ ਸਾਡੇ ਵਿਹੜੇ 'ਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਕਹਿੰਦੇ ਨੇ ਖੁਸ਼ੀ ਵਰਗੀ ਕੋਈ ਖੁਰਾਕ ਨਹੀਂ ਹੈ, ਇਹ ਇੱਕ ਇਹੋ ਜਿਹੀ ਖੁਰਾਕ ਹੈ ਜੋ ਲੇਟੇ ਹੋਏ ਬੰਦੇ ਨੂੰ ਵੀ ਚੰਗਾ ਕਰ ਸਕਦੀ ਹੈ। ਪਰ ਅੱਜ ਅਸੀਂ ਆਪਣੇ ਜੀਵਨ 'ਚ ਜੋ ਵੀ ਕਰ ਰਹੇ ਹਾਂ, ਜੋ ਵੀ ਕਮਾ ਰਹੇ ਹਾਂ, ਜੋ ਰੁਤਬਾ ਹੈ ਸਾਡੇ ਕੋਲ, ਇਹ ਸਭ ਕੁਛ ਹੁੰਦੇ ਹੋਏ ਵੀ ਇੱਕ ਕਮੀ ਹੈ ਅੰਦਰ, ਉਹ ਹੈ ਖੁਸ਼ੀ ਦੀ। ਆਈਏ ਇਸੇ ਖੁਸ਼ੀ ਨੂੰ ਟੁੰਡਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਸਾਡੇ ਪ੍ਰੋਗਰਾਮ 'ਚ। ਸਾਡੇ ਨਾਲ ਨੇ ਡਾਕਟਰ ਅਵਦੇਸ਼ ਜੀ ਅਤੇ ਬ੍ਰਹਮ ਕੁਮਾਰ ਸਾਹਿਲ ਭਾਈ ਸਾਹਿਬ। ਸਾਡੇ ਪ੍ਰੋਗਰਾਮ 'ਚ ਇੱਕ ਵਾਰ ਫਿਰ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸਵਾਗਤ ਹੈ। ਓਮ ਸ਼ਾਂਤੀ। ਓਮ ਸ਼ਾਂਤੀ। ਓਮ ਸ਼ਾਂਤੀ। ਆਪਾਂ ਗੱਲ ਕਰ ਰਹੇ ਹਾਂ ਕੰਮ ਬਾਰੇ, ਔਰ ਹੁਣ ਤੱਕ ਬਹੁਤ ਸਾਰੀ ਚੀਜ਼ਾਂ, ਬਹੁਤ ਸਾਰੇ ਟੋਪਿਕਸ ਬਾਰੇ ਆਪਾਂ ਗੱਲ ਕੀਤੀ ਹੈ ਕਿ ਕਿਵੇਂ ਬੌਸ ਨੂੰ ਆਪਣਾ ਐਟਮੋਸਫੇਅਰ ਜੋ ਔਰਗਨਾਈਜੇਸ਼ਨ ਦਾ ਅੱਛਾ ਕਰਨਾ ਚਾਹੀਦਾ ਹੈ, ਬੀਇੰਗ ਅ ਇੰਪਲੋਈ ਮੈਨੂੰ ਕੀ ਕਰਨਾ ਚਾਹੀਦਾ ਹੈ, ਬਹੁਤ ਸਾਰੀ ਚੀਜ਼ਾਂ ਜੋ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਇੱਕ ਫੈਮਿਲੀ ਦੀ ਤਰ੍ਹਾਂ ਆਪਾਂ ਨੂੰ ਪੂਰੀ ਔਰਗਨਾਈਜੇਸ਼ਨ ਨੂੰ ਲੈ ਕੇ ਚੱਲਣਾ ਹੈ, ਔਰ ਮੈਂ ਬੀਇੰਗ ਅ ਇੰਪਲੋਈ ਇੱਕ ਰਿਸਪੋਂਸੀਬਿਲਿਟੀ ਲਾਂ, ਨਾ ਕਿ ਖੁਦ ਦੀ ਗਰੋਥ ਦਾ ਬਲਕਿ ਆਪਣੇ ਸਬੋਰਡੀਨੇਟਸ ਦੀ ਗਰੋਥ ਦਾ ਵੀ, ਔਰ ਮੇਰੇ ਬੌਸ ਔਰ ਮੇਰੀ ਔਰਗਨਾਈਜੇਸ਼ਨ ਦੀ ਗਰੋਥ ਦਾ ਵੀ। ਹੁਣ ਜੋ ਸਭ ਤੋਂ ਇੰਪੋਰਟੈਂਟ ਚੀਜ਼ ਆਉਂਦੀ ਹੈ ਉਹ ਆਉਂਦੀ ਹੈ ਮੇਰੀ ਅੰਦਰ ਦੀ ਖੁਸ਼ੀ। ਮੈਂ ਕੰਮ ਕਰਨ ਨਿਕਲਿਆ ਲੇਕਿਨ ਕੰਮ ਕਰਦੇ ਕਰਦੇ ਮੈਨੂੰ ਘਰ ਦਾ ਵੀ ਟੈਨਸ਼ਨ ਹੈ, ਮੈਨੂੰ ਫੈਮਿਲੀ ਦਾ ਵੀ ਬੋਝ ਹੈ, ਔਰ ਮੈਨੂੰ ਟਾਰਗੇਟ ਪੂਰਾ ਕਰਨ ਦਾ ਵੀ ਟੈਨਸ਼ਨ ਹੈ। ਇਹਨਾਂ ਸਭ ਚੀਜ਼ਾਂ ਨੂੰ ਲੈਂਦੇ ਹੋਏ ਮੈਨੂੰ ਕੰਮ ਵੀ ਕਰਨਾ ਹੈ, ਪਰ ਅੰਦਰੋਂ ਖੁਸ਼ੀ ਨਹੀਂ ਹੈ। ਉਹ ਖੁਸ਼ੀ ਮੈਂ ਕਿੱਦਾਂ ਆਪਣੇ ਅੰਦਰ ਲੈ ਕੇ ਆਵਾਂ? ਦੇਖੋ ਜੀ, ਅਸੀਂ ਕਹੀਏ ਕਿ ਕੰਮ ਨਾਲ ਖੁਸ਼ੀ ਰਿਲੇਟਡ ਹੋਣੀ ਚਾਹੀਦੀ ਹੈ, ਤੇ ਇਸ ਦਾ ਮਤਲਬ ਅਸੀਂ ਜਦੋਂ ਕੰਮ ਸ਼ੁਰੂ ਨਹੀਂ ਕੀਤਾ ਤੇ ਖੁਸ਼ੀ ਬਿਲਕੁਲ ਹੀ ਨਹੀਂ ਹੋਏਗੀ ਜੀ। ਔਰ ਦੂਜੀ ਗੱਲ ਇੱਕ ਹੋਰ ਹੁੰਦੀ ਹੈ ਜੋ ਕਿ ਅਸਲ 'ਚ ਹੁੰਦੀ ਹੈ ਕਈ ਵਾਰ, ਕਿ ਜਦੋਂ ਬੰਦੇ ਰਿਟਾਇਰ ਹੋ ਜਾਂਦੇ ਨੇ ਤੇ ਉਹਨਾਂ ਦੀ ਖੁਸ਼ੀ ਫਿਰ ਗਾਇਬ ਹੋ ਜਾਣੀ ਚਾਹੀਦੀ ਜੀ, ਹੁੰਦਾ ਨਹੀਂ ਹੈਗਾ। ਅਸੀਂ ਕੰਮ ਇਕੁਅਲ ਟੂ ਮਨੀ ਇਕੁਅਲ ਟੂ ਖੁਸ਼ੀ ਜੀ, ਇਹ ਇਕੁਏਸ਼ਨ ਨਾਲ ਚੱਲਣਾ ਸ਼ੁਰੂ ਕਰ ਦਿੰਦੇ ਹਾਂ। ਅੱਛਾ, ਉਹਦੇ ਲਈ ਫਿਰ ਪ੍ਰਿਪਰੇਟਰੀ ਫੇਜ਼ ਹੁੰਦਾ ਹੈਗਾ, ਜਿਹੜਾ ਕਿ 5 ਸਾਲ ਦੀ ਉਮਰ ਤੋਂ ਅਸੀਂ ਸ਼ੁਰੂ ਕਰ ਦਿੰਦੇ ਹਾਂ ਬੱਚਿਆਂ ਦੇ ਨਾਲ, ਕਿ ਵੀ ਤੂੰ ਅੱਛਾ ਪੜ੍ਹਨਾ, 12ਵੀਂ 'ਚ ਅੱਛੇ ਨੰਬਰ ਆਉਣਗੇ ਜੀ, ਫਿਰ ਅੱਛੇ ਕਾਲਜ 'ਚ ਜਾਏਗਾ, ਫਿਰ ਅੱਛੇ ਕਾਲਜ 'ਚ ਜਾਏਗਾ ਤੇ ਅੱਛੀ ਜੋਬ ਮਿਲੇਗੀ ਤੇ ਉੱਥੇ ਬਹੁਤ ਵੱਡੀਆਂ ਤੈਨੂੰ ਖੁਸ਼ੀਆਂ ਮਿਲਣਗੀਆਂ, ਕਿਉਂਕਿ ਮਹੀਨੇ ਦੇ ਐਂਡ 'ਚ ਤੈਨੂੰ ਕੁਛ ਚੀਜ਼ਾਂ ਮਿਲਣਗੀਆਂ ਜਿਹਦੇ ਨਾਲ ਜਾ ਕੇ ਤੂੰ ਚੀਜ਼ਾਂ ਖਰੀਦ ਸਕਦਾ। ਅਸਲੀ ਕੀ ਹੈਗਾ ਕਿ ਉਸ ਚੱਕਰ ਦੇ ਵਿੱਚ ਨਾ ਜਿਹੜੀ ਖੁਸ਼ੀ ਜ਼ਿੰਦਗੀ ਦੀ ਰੋਜ਼ ਫ੍ਰੀ 'ਚ ਮਿਲ ਸਕਦੀ ਹੈ ਅਸੀਂ ਉਹਨੂੰ ਖੋ ਦਿੰਦੇ ਹਾਂ, ਕਿਉਂਕਿ ਉਹਨੂੰ ਖਰੀਦ ਕੇ ਸਾਨੂੰ ਕਿਹਾ ਜਾਂਦਾ ਹੈਗਾ ਕਿ ਖਰੀਦ ਕੇ ਹੀ ਮਿਲੇਗੀ ਉਹ। ਦੂਜੀ ਇੱਕ ਹੋਰ ਗੱਲ ਹੈਗੀ ਕਿ ਖੁਸ਼ੀ ਜਿਹੜੀ ਹੈ ਨਾ, ਜੇ ਉਹ ਸਿਰਫ ਇਸ ਫੇਜ਼ ਨਾਲ ਔਰ ਸਿਰਫ ਪੈਕਟ ਨਾਲ ਹੁੰਦੀ ਤੇ ਉਹ ਲੋਕ ਜਿਹੜਾ ਕਿ ਜ਼ਿਆਦਾ ਨਹੀਂ ਕਮਾ ਸਕਦੇ, ਜਾਂ ਲੋਕ ਜਿਹੜੇ ਰੋਜ਼ ਨਹੀਂ ਕਮਾ ਸਕਦੇ, ਜਾਂ ਲੋਕ ਜਿਹੜਾ ਪਹਿਲਾਂ ਅੱਛਾ ਕਮਾਉਂਦੇ ਸੀ ਹੁਣ ਨਹੀਂ ਕਮਾ ਸਕਦੇ, ਜਾਂ ਜਿਹੜੇ ਕਿ ਉਹ ਕੰਮ ਕਰਦੇ ਨੇ ਜਿਹਨਾਂ 'ਚ ਉਹਨਾਂ ਨੂੰ ਜ਼ਿਆਦਾ ਰੁਚੀ ਨਹੀਂ ਹੈਗੀ ਉਹ ਸਾਰੇ ਤਾਂ ਦੁਖੀ ਹੋਣੇ ਚਾਹੀਦੇ ਨੇ। ਸਾਇੰਸ ਕਹਿੰਦੀ ਹੈ ਕਿ ਇਹ ਫੈਕਟ ਨਹੀਂ ਹੈਗਾ, ਅਸੀਂ ਜੋ ਵੀ ਕਰ ਰਹੇ ਹਾਂ ਉਸ 'ਚ ਖੁਸ਼ੀ ਅਸੀਂ ਪਾ ਸਕਦੇ ਹਾਂ ਜੀ। ਇੱਕ ਪੁਰਾਣੀ ਸਟੋਰੀ ਮੈਨੂੰ ਯਾਦ ਆ ਰਹੀ ਹੈਗੀ ਕਿ ਇੱਕ ਬੱਚੇ ਨੂੰ ਆਪਣੇ ਘਰ ਦੀ ਜਿਹੜੀ ਦੀਵਾਰ ਸੀ ਉਹ ਪੇਂਟ ਕਰਨੀ ਸੀ ਤੇ ਉਹਨੂੰ ਬਹੁਤ ਵੱਡਾ ਕੰਮ ਲੱਗਿਆ ਜੀ। ਉਹਨੇ ਇੰਜ ਦਿਖਾਇਆ ਕਿ ਇਹ ਬਹੁਤ ਖੁਸ਼ੀ ਦਾ ਕੰਮ ਹੈ ਤੇ ਉਹਨੂੰ ਦੇਖਾ ਦੇਖੀ 4-6 ਹੋਰ ਮੁੰਡੇ ਵੀ ਆ ਗਏ ਤੇ ਫਟਾਫਟ ਉਹ ਦੀਵਾਰ ਜਿਹੜੀ ਸੀ ਨਾ ਉਹ ਪੇਂਟ ਹੋ ਗਈ। ਉਸਨੇ ਉਸੀ ਕੰਮ ਨੂੰ ਭਸੂੜੀ ਦੀ ਬਜਾਏ ਇੱਕ ਖੁਸ਼ੀ ਦਾ ਸਾਧਨ ਬਣਾ ਲਿਆ ਜੀ। ਅੱਛਾ, ਇਹੀ ਕੰਮ ਅਸੀਂ ਰੋਜ਼ ਕਰ ਸਕਦੇ ਹਾਂ। ਹਾਂਜੀ, ਕੰਮ ਤੇ ਤਾਂ ਜਾਣਾ ਹੈ, ਜੌਬ ਹੈ ਤੇ ਜਾਣਾ ਹੈ, ਬਿਲਕੁਲ ਬਿਜ਼ਨਸ ਹੈ ਤਾਂ ਵੀ ਜਾਣਾ ਜਾਣਾ। ਹੁਣ ਉੱਥੇ ਅਸੀਂ ਖੁਸ਼ੀ ਲੈ ਕੇ ਜਾਈਏ ਜਾਂ ਖੁਸ਼ੀ ਨੂੰ ਘਰ ਛੱਡ ਜਾਈਏ ਔਰ ਉੱਥੋਂ ਖੁਸ਼ੀ ਢੂੰਡੀਏ, ਇਹ ਸਾਡੇ ਤੇ ਡਿਪੈਂਡ ਕਰਦਾ। ਖੁਸ਼ੀ ਐਕਸਟਰਨਲ ਫੈਕਟਰਸ ਦੇ ਉੱਤੇ ਐਕਚੁਅਲੀ ਡਿਪੈਂਡ ਕਰਦੀ ਨਹੀਂ ਹੈ।
ਕਿਉਂਕਿ ਮੰਨ ਲਓ ਤੁਸੀਂ ਛੁੱਟੀ ਤੇ ਗਏ ਹੋ, ਉੱਥੇ ਤੁਹਾਨੂੰ ਫਿਰ ਖੁਸ਼ੀ ਕਿੱਥੇ ਮਿਲ ਗਈ? ਔਰ ਜ਼ਿਆਦਾਤਰ ਲੋਕ ਕਹਿੰਦੇ ਕਿ ਜੀ ਉੱਥੇ ਜਾ ਕੇ ਖੁਸ਼ੀ ਮਿਲਦੀ ਹੈ, ਬੰਦਾ ਉਹੀ ਹੈਗਾ, ਸਰਕਮਸਟਾਂਸਿਸ ਉਹੀ ਨੇ, ਲੇਕਿਨ ਅਸੀਂ ਉੱਥੇ ਉਸ ਮਾਈਂਡ ਸੈਟ ਨਾਲ ਗਏ ਕਿ ਸਾਨੂੰ ਇੱਥੇ ਇਹ ਕਰਕੇ ਖੁਸ਼ੀ ਮਿਲੇਗੀ। ਮਤਲਬ ਜਦੋਂ ਵੈਕੇਸ਼ਨ ਤੋਂ ਵਾਪਸ ਆ ਰਹੇ ਹੋ ਤਾਂ ਖੁਸ਼ੀ ਉੱਥੇ ਰੱਖ ਕੇ ਆ ਰਹੇ ਹੋ, ਉੱਥੇ ਰੱਖ ਕੇ ਆ ਜਾਂਦੇ ਹਨ, ਲੇਕਿਨ ਜ਼ਰੂਰੀ ਨਹੀਂ ਹੈ ਨਾ, ਉਹਨੂੰ ਨਾਲ ਵੀ ਤੇ ਲੈ ਕੇ ਆ ਸਕਦੇ ਹਾਂ, ਬੋਤਲ ਚ ਪਾ ਕੇ ਲਿਆਈਏ, ਜਾ ਕੇ ਕੱਪੜੇ ਕੰਮ ਦੀ ਜਗ੍ਹਾ ਤੇ ਰੱਖ ਲਈਏ, ਹੋਰ ਕੁਛ ਨਹੀਂ ਕਰ ਸਕਦੇ। ਪਰ ਐਕਚੁਅਲ ਚ ਤਾਂ ਮੋਟੋ ਹੁੰਦਾ ਹੈ ਕਿ ਜਦੋਂ ਹੱਥ ਚ 30 ਤਰੀਕ ਨੂੰ ਜਾਂ 1 ਤਰੀਕ ਨੂੰ ਜਦੋਂ ਮੈਨੂੰ ਸੈਲਰੀ ਮਿਲੇਗੀ, ਐਨਵਲਪ ਮਿਲੇਗਾ, ਉਦੋਂ ਇੱਕ ਵੱਡੀ ਜੀ ਸਮਾਈਲ ਹੁੰਦੀ ਹੈ ਕਿ ਹਾਂ ਸੈਲਰੀ ਹੱਥ ਚ ਆ ਗਈ। ਪਿੱਛੇ ਜਦੋਂ 5 ਤਰੀਕ ਨੂੰ ਖਤਮ ਹੋ ਗਏ ਤੇ ਫਿਰ 25 ਦਿਨ ਫਿਰ ਉਹ 25 ਦਿਨ ਪੂਰੇ ਟੈਨਸ਼ਨ ਚ ਜਾਂਦੇ। ਦੇਖੋ ਕਿਤੇ ਨਾ ਕਿਤੇ ਨਾ ਸਾਨੂੰ ਇਹ ਗੱਲ ਨੂੰ ਸਮਝ ਲੈਣਾ ਹੈਗਾ ਕਿ ਜਦੋਂ ਜ਼ਿਆਦਾ ਪੈਸਾ ਆ ਜਾਂਦਾ ਹੈਗਾ ਤੇ ਲੋਕ ਸ਼ੌਕ ਢੂੰਡਦੇ ਨੇ, ਉਹ ਸ਼ੌਕ ਚ ਉਹਨਾਂ ਨੂੰ ਪੈਸਾ ਨਹੀਂ ਮਿਲਦਾ, ਖੁਸ਼ੀ ਮਿਲਦੀ ਹੈ। ਲੋਕ ਸੋਸ਼ਲ ਵਰਕ ਢੂੰਡਦੇ ਨੇ, ਹਾਂਜੀ, ਉੱਥੇ ਵੀ ਉਹਨਾਂ ਨੂੰ ਪੈਸਾ ਨਹੀਂ ਮਿਲਦਾ, ਕਈ ਵਾਰ ਲਾਣਾ ਵੀ ਪੈਂਦਾ, ਖੁਸ਼ੀ ਮਿਲਦੀ ਹੈ। ਅਧਿਆਤਮ ਢੂੰਡਦੇ ਨੇ ਜੀ, ਪੈਸਾ ਨਹੀਂ ਮਿਲਦਾ ਲੇਕਿਨ ਖੁਸ਼ੀ ਮਿਲਦੀ ਹੈ। ਉਸ ਵਕਤ ਅਸੀਂ ਉਹ ਜਿਹੜੀਆਂ ਇਕੁਏਸ਼ਨਸ ਜਿਨ੍ਹਾਂ ਨੂੰ ਗਲਤ ਸਿੱਖ ਲਿਆ ਹੈਗਾ ਬਚਪਨ ਤੋਂ, ਉਹਨਾਂ ਇਕੁਏਸ਼ਨਸ ਨੂੰ ਸਾਈਡ ਤੇ ਰੱਖ ਦਿੰਦੇ ਹਾਂ, ਔਰ ਕਿਉਂਕਿ ਸਾਈਡ ਤੇ ਰੱਖ ਦਿੰਦੇ ਹਾਂ ਤੇ ਖੁਸ਼ੀ ਆਪੇ ਅੰਦਰ ਆ ਜਾਂਦੀ। ਪਰ ਇੱਥੇ ਇੱਕ ਹੋਰ ਚੀਜ਼ ਦੇਖੀ ਜਾਂਦੀ ਹੈ ਸਾਹਿਲ ਭਾਈ, ਕਿ ਤੁਸੀਂ ਵੀ ਕੰਮ ਕਰਦੇ ਹੋ, ਬਹੁਤ ਵਾਰ ਘਰ 'ਚ ਵੀ ਟੈਨਸ਼ਨ ਹੁੰਦੇ ਹੈ, ਬਹੁਤ ਵਾਰ ਕੁਛ ਮਨ ਜਿਹਾ ਨਹੀਂ ਕਰਦਾ ਹੈ ਕਿ ਹਾਂ ਅੱਜ ਕੰਮ ਕਰਨਾ ਚਾਹੀਦਾ ਹੈ, ਉਸ ਵੇਲੇ ਫਿਰ ਸਾਡੀ ਅੰਦਰੂਨੀ ਜੋ ਐਨਰਜੀ ਹੈ ਉਹ ਸਾਨੂੰ ਘੱਟ ਲੱਗਣ ਲੱਗ ਜਾਂਦੀ ਹੈ, ਉਹ ਮੋਟੀਵੇਸ਼ਨਲ ਅੰਦਰ ਮਿਲਦਾ ਹੀ ਨਹੀਂ ਕਿ ਅੱਜ ਕੰਮ 'ਤੇ ਜਾਣਾ ਚਾਹੀਦਾ, ਖਾਸ ਕਰਕੇ ਜਦੋਂ ਮੰਡੇ ਆਉਂਦਾ ਹੈ ਸੰਡੇ ਤੋਂ ਬਾਅਦ, ਉਦੋਂ ਇਹ ਚੀਜ਼ ਜ਼ਿਆਦਾ ਲੱਗਦੀ ਹੈ। ਕਿਉਂਕਿ ਅਸੀਂ ਕੱਲ ਗੱਲ ਕਰ ਰਹੇ ਹਾਂ ਖੁਸ਼ੀ ਆਪਣੇ ਵਰਕ ਪਲੇਸ ਦੀ, ਸੋ ਸਪੋਜ਼ ਤੁਸੀਂ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਉੱਥੇ ਸਾਡੇ ਬਹੁਤ ਅੱਛੇ ਰਿਲੇਸ਼ਨਸ ਹੈਗੇ ਆ, ਸਾਡੇ ਬੌਸ ਨਾਲ, ਸਾਡੇ ਸਟਾਫ ਨਾਲ, ਸਾਡੇ ਮੈਨੇਜਰਸ ਨਾਲ, ਕਸਟਮਰਸ ਨਾਲ, ਹਰ ਇਨਸਾਨ ਨੂੰ ਮਿਲ ਕੇ ਤੁਹਾਨੂੰ ਬਹੁਤ ਮਜ਼ਾ ਆਉਂਦਾ ਹੈ, ਐਂਡ ਤੁਸੀਂ ਬਹੁਤ ਗਰੋਅ ਕਰ ਰਹੇ ਹੋ, ਪ੍ਰੋਫਿਟ ਵੀ ਹੈ, ਪ੍ਰੋਡਕਟੀਵਿਟੀ ਵੀ ਹੈ, ਸਾਰਾ ਕੁਛ ਬਹੁਤ ਅੱਛਾ ਹੈ, ਅਤੇ ਤੁਹਾਡਾ ਦਿਲ ਕਰੇਗਾ ਕੰਮ 'ਤੇ ਜਾਣ ਨੂੰ, ਤੁਹਾਨੂੰ ਮੰਡੇ ਮੰਡੇ ਨਹੀਂ ਲੱਗੇਗਾ, ਬਿਕੋਜ਼ ਤੁਹਾਨੂੰ ਜਾਂਦੇ ਹੀ ਤੁਹਾਨੂੰ ਉਹ ਐਨਰਜੀ ਖਿੱਚੇਗੀ। ਨਹੀਂ ਤਾਂ ਹੁਣ ਅਸੀਂ ਕੀ ਕਰਦੇ ਹਾਂ ਕਿ ਅਸੀਂ ਸੋਚ ਰਹੇ ਹਾਂ ਅਸੀਂ ਖੁਸ਼ੀ ਆਪਣੀ 5 o'clock ਦੇ ਬਾਅਦ ਛੱਡੀ ਹੋਈ ਹੈ, ਆਫਟਰ ਵਰਕ ਆਵਰਸ, ਮਗਰ ਰੀਅਲੀ ਅਸੀਂ ਆਪਣਾ ਮੈਕਸੀਮਮ ਟਾਈਮ ਲਾਈਫ ਦਾ ਆਪਣੀ ਵਰਕ ਪਲੇਸ 'ਤੇ ਸਪੈਂਡ ਕਰਦੇ ਹਾਂ ਸੌਣ ਦੇ ਇਲਾਵਾ। ਸੋ ਸਭ ਤੋਂ ਪਹਿਲੇ ਤਾਂ ਇਹ ਇੰਪੋਰਟੈਂਸ ਸਾਨੂੰ ਪਤਾ ਹੋਏ ਕਿ ਅਸੀਂ ਆਪਣੇ ਵਰਕ ਪਲੇਸ 'ਤੇ ਇਹ ਇੰਪੋਰਟੈਂਟ ਹੈਪੀਨੈਸ ਗੇਨ ਕਰਨੀ ਹੈ। ਦੂਜਾ, ਜਿਨ ਤੁਸੀਂ ਕਿਹਾ ਕਿ ਜਾਣ ਦਾ ਦਿਲ ਨਹੀਂ ਕਰ ਰਿਹਾ, ਅੱਜ ਕੱਲ੍ਹ ਔਰਗਨਾਈਜੇਸ਼ਨ ਸੰਸਥਾਵਾਂ ਇਹੋ ਜਿਹਾ ਐਟਮੋਸਫੇਅਰ ਕ੍ਰੀਏਟ ਕਰਦੀਆਂ ਤਾਂ ਕਿ ਉਹਨਾਂ ਦੇ ਇੰਪਲੋਈਜ਼, ਕਸਟਮਰ, ਸਟਾਫ ਸਭ ਖੁਸ਼ ਹੋਣ, ਬਿਲਕੁਲ। ਇੱਕ ਪੁਰਾਣੇ ਐਗਜ਼ਾਮਪਲ ਦਿੱਤਾ ਸੀਗਾ, ਤੁਸੀਂ ਸ਼ਾਇਦ ਆਈਕਿਆ ਸਟੋਰ ਦਾ ਸੁਣਿਆ ਹੋਏਗਾ, ਆਈ ਥਿੰਕ ਇਹ ਫਰਨੀਚਰ ਸਟੋਰ ਹੈ। ਸੋ ਉੱਥੇ ਜਿੰਜ ਸੈਟਰਡੇਜ਼ ਨੂੰ ਬਹੁਤ ਰਸ਼ ਹੋ ਜਾਂਦਾ ਸੀ, ਬਹੁਤ ਟੈਨਸ਼ਨ, ਬਹੁਤ ਜ਼ਿਆਦਾ ਕਸਟਮਰਸ ਤੋਂ ਇੰਪਲੋਈਜ਼ ਨੂੰ ਵੀ ਓਨਾ ਜ਼ਿਆਦਾ ਪ੍ਰੈਸ਼ਰ। ਸੋ ਉਹਨਾਂ ਨੇ ਕੀ ਕੀਤਾ ਕਿ ਸੈਟਰਡੇ ਨੂੰ ਉਹਨਾਂ ਨੇ ਬਿਟਵੀਨ ਸਟਾਫ ਐਂਡ ਕਸਟਮਰਸ ਵਾਸਤੇ ਇੱਕ ਪਿਲੋ ਫਾਈਟ ਔਰਗਨਾਈਜ਼ ਕਰਤੀ। ਅੱਛਾ। ਸੋ ਪੂਰਾ ਮਾਹੌਲ ਚੇਂਜ ਹੋ ਗਿਆ, ਉਹਨਾਂ ਦਾ ਜਿਹੜਾ ਮੈਨੇਜਰ ਸੀਗਾ ਉਹ ਜਾ ਕੇ ਅਲਮਾਰੀ ਦੇ ਵਿੱਚ ਛਪ ਗਿਆ, ਜਦ ਕੋਈ ਕਸਟਮਰ ਜਾ ਕੇ ਅਲਮਾਰੀ ਖੋਲਦਾ ਸੀ ਉਹ ਇੱਕ ਅਮੇਜ਼ ਹੋ ਜਾਂਦਾ ਸੀ ਕਿ ਇਹ ਕੀ ਹੋ ਰਿਹਾ। ਉਹਨਾਂ ਨੇ ਸਾਰੇ ਸਟਾਫ ਨੂੰ ਕਿਹਾ ਕਿ ਤੁਸੀਂ ਇਹ ਸੈਟਰਡੇ ਵਾਲੇ ਦਿਨ ਆਪਣੇ ਬਾਥਰੂਮਸ ਦੇ ਵਿੱਚ ਆਉਣਾ ਹੈ। ਇਕਦਮ ਸਾਰਾ ਮਾਹੌਲ ਬਦਲ ਗਿਆ, ਸੋ ਇੱਕ ਖੁਸ਼ੀ ਦਾ, ਇੱਕ ਫਨ ਦਾ ਮਾਹੌਲ ਬਣ ਗਿਆ। ਹਾਂ, ਅੱਜ ਕੱਲ੍ਹ ਇਹ ਦੇਖਣ ਨੂੰ ਮਿਲਦਾ ਹੈ, ਜੇ ਅਗਰ ਗੂਗਲ ਦੀ ਆਪਾਂ ਗੱਲ ਕਰੀਏ ਤੇ ਗੂਗਲ ਦਾ ਵੀ ਇੰਨਾ ਅੱਛਾ ਚੈਨਲ ਤੇ ਆਇਆ ਸੀ ਕਿ ਉਹਨਾਂ ਨੇ ਡਿਫਰੈਂਟ ਡਿਫਰੈਂਟ ਸਪੋਰਟਸ ਐਕਟੀਵਿਟੀਜ਼ ਰੱਖੀਆਂ ਹੋਈਆਂ, ਔਰ ਅੱਜ ਕੱਲ੍ਹ ਕੈਜੂਅਲ ਮਾਹੌਲ ਜ਼ਿਆਦਾ ਕੰਮ 'ਚ ਦੇਖਣ ਨੂੰ ਮਿਲਦਾ ਹੈ। ਬਿਲਕੁਲ, ਅੱਜ ਕੱਲ੍ਹ ਦੇਖੋ ਜੋ ਮੈਕਸੀਮਮ ਵਰਕ ਫੋਰਸ ਹੈ ਉਹ ਲੇਡੀਜ਼ ਦੀ ਹੈਗੀ ਹੈ, ਗਰੋ ਕਰ ਰਹੀ ਹੈ ਮੋਰ ਐਂਡ ਮੋਰ, ਸੋ ਉਹਨਾਂ ਨੂੰ ਕੰਫਰਟੇਬਲ ਮਹਿਸੂਸ ਕਰਾਉਣਾ। ਈਵਨ ਅੱਜ ਕੱਲ੍ਹ ਕੋਈ ਕਹਿੰਦਾ ਹੈ ਜੀ ਕਿ ਬਿਕੋਜ਼ ਬੱਚੇ ਵੀ ਫਿਰ ਮੈਨੇਜ ਕਰਨੇ ਪੈਂਦੇ ਹੈ, ਸੋ ਬਹੁਤ ਸਾਰੀ ਔਰਗਨਾਈਜੇਸ਼ਨ ਉੱਥੇ ਹੀ ਕ੍ਰੈਚ ਦੀ ਫੈਸਿਲਿਟੀ ਦਿੰਦੀਆਂ। ਕਈ ਕਹਿੰਦੀਆਂ ਠੀਕ ਹੈ ਤੁਸੀਂ ਆਪਣੇ ਪੈਟਸ ਨੂੰ ਵੀ ਲਿਆਇਓ, ਉਹਨਾਂ ਨੂੰ ਵੀ ਸੰਭਾਲਣ ਦੀ ਫੈਸਿਲਿਟੀ ਦਿੰਦੇ ਹੈ। ਸੋ ਤੁਹਾਨੂੰ ਇੱਕ ਇਹੋ ਜਿਹਾ ਮਾਹੌਲ ਦਿੰਦੇ ਹੈ ਕਿ ਤੁਸੀਂ ਉੱਥੇ ਰਹੋ, ਖੁਸ਼ੀ ਨਾਲ ਰਹੋ, ਫਰੀਡਮ ਨਾਲ ਕੰਮ ਕਰੋ, ਆਪਣੇ ਟਾਈਮ ਦੇ ਹਿਸਾਬ ਨਾਲ ਕੰਮ ਕਰੋ। ਬਿਕੋਜ਼ ਜਦੋਂ ਇਹ ਚੀਜ਼ ਦੇਖੀ ਜਾਂਦੀ ਹੈ ਡਾਕਟਰ ਸਾਹਿਬ ਕਿ ਦਿਮਾਗ 'ਚ ਕੋਈ ਸਟ੍ਰੈਸ ਹੈ, ਬਿਕੋਜ਼ ਜਿਵੇਂ ਸਾਹਿਲ ਭਾਈ ਸਾਹਿਬ ਨੇ ਕਿਹਾ ਕਿ ਜੋ ਲੇਡੀਜ਼ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਆਉਂਦੀਆਂ, ਸਪੈਸ਼ਲੀ ਵੂਮੈਨਸ, ਉਹਨਾਂ ਨੂੰ ਇੱਕ ਟੈਨਸ਼ਨ ਕਰਦੀ ਰਹਿੰਦੀ ਹੀ ਹੈ ਕਿ ਮੇਰਾ ਬੱਚਾ ਘਰ ਇਕੱਲਾ ਹੈ, ਅਤੇ ਉਹ ਸਟ੍ਰੈਸ ਲੈ ਕੇ ਕੰਮ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਲੱਗਦਾ ਹੈ।
ਉਹ ਜੋ ਅੰਦਰ ਦੀ ਖੁਸ਼ੀ ਹੈ ਉਹ ਥੋੜੀ ਜਿਹੀ ਘੱਟ ਹੋ ਜਾਂਦੀ ਹੈ ਉਸ ਵੇਲੇ। ਦੇਖੋ ਇੰਪਲੋਈ ਅਸਿਸਟੈਂਸ ਪ੍ਰੋਗਰਾਮ ਜਿਹਨਾਂ ਨੂੰ ਕਹਿੰਦੇ ਆ ਕਿ ਇੰਪਲੋਈਜ਼ ਦੀ ਕੀ ਕੀ ਜ਼ਰੂਰਤਾਂ ਨੇ, ਸਿਰਫ ਕੰਮ ਤੇ ਨਹੀਂ ਕੰਮ ਦੇ ਸੇਵਾ ਵੀ, ਕਿਉਂਕਿ ਦੇਖੋ ਬੰਦਾ ਜਿਹੜਾ ਹੈ ਨਾ ਉਹ ਸਵਿਚ ਆਫ ਨਹੀਂ ਹੈਗਾ। ਇੱਥੇ ਸਾਡੇ MC ਵੀ ਨਹੀਂ ਲੱਗੇ ਹੋਏ ਕਿ ਜਦੋਂ ਤੁਸੀਂ ਬਾਹਰ ਨਿਕਲੇ ਤੇ ਸਵਿਚ ਆਫ ਹੋ ਜਾਏਗਾ, ਘਰ ਪਹੁੰਚ ਕੇ ਨਵਾਂ ਵਾਲਾ ਆਨ ਹੋ ਜਾਏਗਾ। ਉਹੀ ਬੰਦਾ ਚੱਲ ਰਿਹਾ ਹੈਗਾ, ਉਹਦੇ ਸਿਰਫ ਵਿਚਾਰ ਬਦਲ ਰਹੇ ਨੇ ਕਿ ਹੁਣ ਮੈਂ ਕੰਮ ਤੇ ਆ, ਚਲੋ ਮੈਂ ਇਸ ਤਰ੍ਹਾਂ ਦੀ ਚੀਜ਼ਾਂ ਕਰਾਂਗਾ, ਬਾਹਰ ਜਾ ਕੇ ਇੰਜ ਕਰਾਂਗਾ। ਲੇਕਿਨ ਜੇ ਕੋਈ ਚੀਜ਼ ਇਹੋ ਜਿਹੀ ਚੱਲ ਰਹੀ ਹੈ ਜਿਸ ਤੇ ਕਿ ਉਸਦੀ ਜਾਂ ਉਹਦੇ ਜਿਹੜੇ ਆਪਣੇ ਨੇ ਉਹਨਾਂ ਦੀ ਜ਼ਿੰਦਗੀ ਤੇ ਫਰਕ ਆ ਰਿਹਾ ਹੈਗਾ, ਤੇ ਜ਼ਰੂਰ ਉਹਦੇ ਮਨ 'ਚ ਖਿਆਲ ਤੇ ਆਏਗਾ। ਜਿਵੇਂ ਇਹਨਾਂ ਨੇ ਕਿਹਾ ਕਿ ਉਹਨਾਂ ਦੀ ਮਦਦ ਕਰਕੇ ਬੱਚਿਆਂ ਲਈ, ਆ ਦੇਖੋ ਕੁਛ ਪ੍ਰੈਕਟੀਕਲ ਚੀਜ਼ਾਂ ਹਰ ਜਗ੍ਹਾ ਤੇ ਹੋ ਸਕਦੀਆਂ ਨੇ, ਆਰਗਨਾਈਜੇਸ਼ਨਸ ਕਰ ਸਕਦੀਆਂ ਨੇ। ਜੇ ਨਾ ਵੀ ਕਰਨ ਨਾ, ਮੈਂ ਕਹਿੰਦਾ 10-15 ਰੁਪਏ ਆਪਣੀ ਜੇਬ ਤੋਂ ਰੋਜ਼ ਖਰਚ ਕੇ ਵੀ ਬੰਦਾ ਕਰ ਸਕਦਾ। ਜਿੱਥੇ ਤੁਸੀਂ ਬਹਿੰਦੇ ਹੋ ਉਹ ਸਭ ਤੋਂ ਇੰਪੋਰਟੈਂਟ ਜਗ੍ਹਾ ਹੈਗੀ, ਤੁਸੀਂ ਉੱਥੇ 8-10 ਘੰਟੇ ਪੈਣਾ। ਦੇਖੋ ਲਾਈਟ ਕਿੰਨੀ ਹੈ, ਕਈ ਵਾਰ ਛੋਟੇ ਛੋਟੇ ਬਲਬ ਲੱਗੇ ਹੁੰਦੇ ਨੇ ਲਾਟੂ ਵਰਗੇ, ਉਸ ਚੋਂ ਕੋਈ ਵੀ ਜ਼ਿਆਦਾ ਪ੍ਰੋਬਲਮ ਆਉਂਦੀ ਨਹੀਂ ਹੈਗੀ। ਤੇ ਜੇ ਤੁਸੀਂ ਉਹਨੂੰ ਬੈਟਰ ਕਰ ਲਓ, ਉੱਥੇ ਜੇ ਵੈਂਟੀਲੇਸ਼ਨ ਦੀ ਪੋਸੀਬਿਲਿਟੀ ਹੈ ਉਹਨੂੰ ਬੈਟਰ ਕਰ ਲਓ। ਤੁਹਾਡੀ ਜਿਹੜੀ ਸੀਟ ਹੈ ਜਿਸ ਤੇ ਤੁਸੀਂ ਹਮੇਸ਼ਾ ਬਹਿਣਾ ਹੈਗਾ, ਅੱਛੀ ਕੁਰਸੀ ਜੇ ਮਿਲ ਜਾਏ ਤਾਂ ਬਹੁਤ ਅੱਛਾ ਹੈ, ਨਹੀਂ ਹੈ ਤੇ ਜੇ ਲੰਬੇ ਅਰਸੇ ਦੇ ਇੰਪਲੋਈ ਹੈ ਤਾਂ ਖਰੀਦ ਲਓ, ਉੱਥੇ ਰੱਖ ਲਓ। ਹਲਕਾ ਜਿਹਾ ਮਿਊਜ਼ਿਕ ਲਾ ਲਓ ਜੀ, ਉੱਥੇ ਕੋਈ ਐਸੈਂਸ ਹੋਏ, ਕੋਈ ਫ੍ਰੈਗਰੈਂਸ ਜੇ ਅੱਛੀ ਹੋਏ ਉਹ ਹੋ ਸਕਦੀ ਹੈਗੀ। ਇਹ ਅਜਿਹੀਆਂ ਚੀਜ਼ਾਂ ਨੇ ਜਿਹਦੇ ਨਾਲ ਇੱਕਦਮ ਤੁਹਾਡਾ ਮਾਇੰਡ ਜਿਹੜਾ ਨਾ ਅਪਲਿਫਟ ਹੋ ਜਾਂਦਾ ਹੈਗਾ। ਮਤਲਬ ਇੱਕ ਅੱਛਾ ਐਂਬੀਅੰਸ, ਇੱਕ ਅੱਛਾ ਐਟਮੋਸਫੇਅਰ, ਇੱਕ ਔਰਾ ਕ੍ਰੀਏਟ ਕਰਨਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਂਪਲੋਈਜ਼ ਲਈ। ਉਹਦੇ ਨਾਲ ਹੀ ਨਾਲ ਨਾ ਕੁਝ ਸੇਇੰਗਸ, ਫੋਰ ਐਗਜ਼ਾਮਪਲ ਤੁਸੀਂ ਰੋਜ਼ ਆਏ, ਇੱਕ ਅੱਛੀ ਜੀ ਸੇਇੰਗ ਹੋਵੇ ਜਿਹੜੀ ਕਿ ਤੁਸੀਂ ਰੋਜ਼ ਬਦਲ ਸਕਦੇ ਹੋ, ਮੋਟੀਵੇਸ਼ਨਲ। ਬ੍ਰਹਮ ਕੁਮਾਰੀਜ਼ ਦੀ ਤਾਂ ਐਵਰੀ ਡੇ ਦੀ ਇਸ ਤਰ੍ਹਾਂ ਦੀ ਕੈਲੰਡਰ ਜਿਹਾ ਆਉਂਦਾ ਹੈਗਾ, ਤਾਂ ਉਸ ਨਾਲ ਤੁਸੀਂ ਤੇ ਫਾਇਦਾ ਉਠਾਓਗੇ, ਦੂਜੇ ਵੀ ਆ ਕੇ ਉੱਥੇ ਪੜਨਗੇ, ਸ਼ਾਇਦ ਥੋੜੀ ਜਿਹੀ ਡਿਸਕਸ਼ਨ ਹੋਏ। ਤੇ ਆਫਿਸ ਦਾ ਮਾਹੌਲ ਜਿਹੜਾ ਨਾ ਟੈਨਸ਼ਨ ਦੀ ਬਜਾਏ ਇੱਕ ਪੋਜ਼ਿਟਿਵਿਟੀ ਦੇ ਵੱਲੋਂ ਸ਼ੁਰੂ ਹੋ ਜਾਂਦਾ। ਹਰ ਘੰਟੇ 'ਚ ਜੇ ਬੰਦਾ 1 ਮਿੰਟ ਲਈ ਬ੍ਰੇਕ ਲੈ ਲਵੇ, ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ, ਉੱਥੇ ਬੈਠੇ ਬੈਠੇ ਬੰਦਾ ਬ੍ਰੇਕ ਲੈ ਸਕਦਾ। ਉਸ ਸਮੇਂ ਤੁਸੀਂ ਡੀਪ ਬ੍ਰੀਦਿੰਗ ਕਰ ਸਕਦੇ ਹੋ, ਔਰ ਡੀਪ ਬ੍ਰੀਦਿੰਗ ਬ੍ਰੀਦਿੰਗ ਤਾਂ ਕਰਨੀ ਹੈ, ਉਹਨੂੰ ਸਿਰਫ ਡੀਪ ਕਰਨਾ ਤੇ ਸਲੋ ਕਰਨਾ। ਰਾਈਟ, ਉਹ ਜਿਵੇਂ ਤੁਸੀਂ ਕਰਦੇ ਹੋ ਤਾਂ ਤੁਹਾਡਾ ਸਟ੍ਰੈਸ ਲੈਵਲ ਆਪੇ ਘੱਟ ਹੋਣਾ ਸ਼ੁਰੂ ਹੋ ਜਾਂਦਾ। ਰਾਈਟ, ਲਿਕੁਇਡਸ ਬਹੁਤ ਬਾਰ ਬਾਰ ਲਿੱਤੇ ਜਾਣ, ਉਹਦੇ ਨਾਲ ਵੀ, ਕਿਉਂਕਿ ਲਿਕੁਇਡਸ ਜੇ ਘੱਟ ਹੋ ਜਾਂਦੇ ਨੇ ਨਾ ਤੇ ਸਾਡੀ ਐਨਰਜੀ ਲੈਵਲ ਘੱਟ ਹੋ ਜਾਂਦੀ ਹੈ। ਰਾਈਟ, ਥੋੜਾ ਫ੍ਰੀਕੁਐਂਟਲੀ ਅਸੀਂ ਖਾਣ ਦਾ ਵਿੱਚ ਰੱਖੀਏ, ਹਰ ਇੱਕ ਦੋ ਘੰਟੇ ਬਾਅਦ ਚਾਹੇ ਥੋੜਾ ਜਿਹਾ ਖਾਈਏ, ਉਹਦੇ ਨਾਲ ਵੀ ਐਨਰਜੀ ਲੈਵਲ ਬਣੀ ਰਹਿੰਦੀ ਹੈ। ਅੱਛਾ, ਜੇ ਸਮਾਈਲ ਕਰ ਸਕਦੇ ਹੋ ਔਰ ਅੱਛਾ ਖਾਸਾ ਮੰਨ ਲਓ ਚਿਹਰਾ ਵੀ ਹੈਗਾ ਤੇ ਬੰਦਾ ਸਮਾਈਲ ਕਰਕੇ ਦੂਜਿਆਂ ਨੂੰ ਦਿਖਾ ਤੇ ਦੇਵੇ ਨਾ। ਰਾਈਟ, ਜੇ ਤੁਸੀਂ ਹਰ ਘੰਟੇ ਚ 2 ਵਾਰ ਸਮਾਈਲ ਕੀਤਾ ਤੇ ਦੂਜੇ ਨੂੰ ਵੀ ਅੱਛਾ ਲੱਗੇਗਾ, ਤੁਹਾਨੂੰ ਵੀ ਲੱਗੇਗਾ ਕਿ ਹਾਂ ਯਾਰ ਸਭ ਕੁਝ ਠੀਕ ਚੱਲ ਰਿਹਾ। ਤਾਂ ਮੈਨੂੰ ਲੱਗਦਾ ਹੈ ਐਟਮੋਸਫੇਅਰ ਕ੍ਰੀਏਟ ਕਰਨਾ ਪਏਗਾ, ਇਹ ਆਪਣੇ ਆਪ ਹੁੰਦਾ ਨਹੀਂ ਹੈ। ਨਹੀਂ, ਆਪਣੇ ਆਪ ਨਾ ਸੀ, ਪਰ ਕ੍ਰੀਏਟ ਕਰਨ ਚ ਕੋਈ ਮੁਸ਼ਕਿਲ ਤੇ ਨਹੀਂ ਹੈ ਨਾ, ਡਾਡਾ ਕੰਮ ਤੇ ਨਹੀਂ ਹੈ। ਇੱਥੇ ਇਹੋ ਜਿਹੇ ਐਂਬੀਅੰਸ ਜਿੱਥੇ ਇੰਪਲੋਈਜ਼ ਦੀ ਆਪਸ ਚ ਜੋ ਰਿਲੇਸ਼ਨਸ ਨੇ ਉਹ ਸਟਰੋਂਗ ਅਗਰ ਕਰਨੇ ਨੇ, ਉਹਦੇ ਲਈ ਕੀ ਚੀਜ਼ਾਂ ਆਪਾਂ ਕਰ ਸਕਦੇ ਹਾਂ? ਸੋ ਹੈਵੀ ਰਿਸਪੌਂਸਿਬਿਲਿਟੀ ਮੈਨੇਜਮੈਂਟ ਦੀ ਹੈਗੀ ਹੈ ਕਿ ਕੁਝ ਇਹੋ ਜਿਹੀ ਐਕਟੀਵਿਟੀਜ਼ ਰੱਖਣਾ ਜਿਹਦੇ ਨਾਲ ਆਪਸ ਵਿੱਚ ਉਹਨਾਂ ਦੇ ਇੰਟਰੈਕਸ਼ਨ ਸਿਰਫ ਕੰਮ ਦੇ ਰਿਲੇਟਡ ਜੇ ਹੋਏਗੀ ਬਹੁਤ ਸੀਰੀਅਸ ਹੋਏਗੀ ਤੇ ਓਬਵੀਅਸਲੀ ਫਿਰ ਇਨਸਿਕਿਉਰਿਟੀਜ਼ ਆ ਜਾਂਦੀਆਂ। ਰਾਈਟ, ਬਟ ਜਦ ਉਹਨਾਂ ਨੂੰ ਸਭ ਨੂੰ ਫੀਲ ਹੋਏਗਾ ਕਿ ਮੇਰੀ ਆਪਣੀ ਜੋਬ ਹੈ, ਅਗਲੇ ਦੀ ਆਪਣੀ ਹੈ, ਐਂਡ ਬਹੁਤ ਸਾਰੀ ਇਹੋ ਜਿਹੀ ਐਕਟੀਵਿਟੀਜ਼ ਜਦ ਹੁੰਦੀਆਂ ਨੋਨ ਵਰਕ ਰਿਲੇਟਡ ਵੀ, ਹਾਂਜੀ, ਸਪੋਜ਼ ਪਿਕਨਿਕਸ ਹੋ ਗਈਆਂ, ਕੁਛ ਵੀ ਇਹੋ ਜਿਹੀ ਐਕਟੀਵਿਟੀਜ਼ ਹੋ ਗਈਆਂ, ਸੋ ਇੱਕ ਦੂਜੇ ਨਾਲ ਥੋੜਾ ਨਜ਼ਦੀਕੀ ਆਉਂਦੀ ਹੈ। ਤੇ ਉਸ ਮੈਨੂੰ ਲੱਗਦਾ ਮਾਰਨਿੰਗ ਦਾ ਟਾਈਮ ਬਹੁਤ ਇੰਪੋਰਟੈਂਟ ਹੁੰਦਾ ਹੈ ਜਦੋਂ ਸਟਾਫ ਆ ਰਿਹਾ ਹੈ, ਤੇ ਉਹ ਮਾਰਨਿੰਗ 'ਚ ਕੁਝ ਇਹੋ ਜਿਹੀ ਐਕਟੀਵਿਟੀ ਹੋਣੀ ਚਾਹੀਦੀ ਹੈ, ਬਿਕੋਜ਼ ਜ਼ਿਆਦਾਤਰ ਆਪਾਂ ਜੋ ਟਾਈਮ ਵਿਸ਼ ਕਰਨੇ ਉਹ ਆਪਣੇ ਬੌਸ ਨੂੰ ਹੀ ਕਰਨੇ ਆ, ਤੇ ਆਪਸ ਦੇ ਸਬੋਰਡੀਨੇਟ ਆਪਸ ਦੇ ਕਲੀਗਸ ਨੂੰ ਭੁੱਲ ਜਾਂਦੇ ਆ ਟਾਈਮ ਵਿਸ਼ ਕਰਨਾ, ਜਾਂ ਕੁਝ ਇਹੋ ਜਿਹੀ ਐਕਟੀਵਿਟੀ ਜੋ ਜਿਹਦੇ ਨਾਲ ਸਮਾਈਲ ਆਪਣੇ ਆਪ ਹੀ ਨਿਕਲ ਜਾਏ ਫੇਸ ਤੋਂ। ਦੇਖੋ ਡਿਪੈਂਡ ਕਰਦਾ ਹੈ ਕਿਸ ਤਰ੍ਹਾਂ ਦਾ ਕੰਮ ਹੈਗਾ। ਹੁਣ ਕੁਛ ਆਰਗਨਾਈਜੇਸ਼ਨ ਨੇ ਜਿੱਥੇ ਕਿ ਸਾਰੇ ਇੱਕ ਜਗ੍ਹਾ ਤੇ ਨਹੀਂ ਬਹਿੰਦੇ, ਅਲੱਗ ਅਲੱਗ ਜਗ੍ਹਾ ਹੁੰਦੇ ਨੇ ਜੀ, ਪਰ ਜਿੱਥੋਂ ਲੋਕ ਗੁਜ਼ਰ ਰਹੇ ਨੇ ਉੱਥੇ ਕੋਈ ਚੀਜ਼ ਮੰਨ ਲਓ ਲਾ ਦਿੱਤੀ ਜਾਂ ਉਸ ਚੀਜ਼ ਨੂੰ ਰਿਸਪੋਂਡ ਕੀਤਾ। ਮੈਨੂੰ ਯਾਦ ਹੈਗਾ ਇੱਕ ਆਰਗਨਾਈਜੇਸ਼ਨ 'ਚ ਉਹਨਾਂ ਨੇ ਇੱਕ ਸ਼ੀਸ਼ਾ ਲਾਇਆ ਸੀਗਾ, ਤੇ ਉਹ ਸ਼ੀਸ਼ੇ ਦੇ ਉੱਤੇ ਲਿਖਿਆ ਲੁੱਕ ਵਾਟ ਯੂ ਆਰ ਵੇਅਰਿੰਗ ਫੋਰ ਵਰਕ ਟੂਡੇ। ਤੇ ਜ਼ਿਆਦਾਤਰ ਲੋਕਾਂ ਨੇ ਆਪਣੀ ਡਰੈਸ ਨੂੰ ਦੇਖਣਾ ਸ਼ੁਰੂ ਕੀਤਾ, ਐਡਜਸਟ ਕੀਤਾ,
ਤੇ ਉਹਨਾਂ ਨੇ ਫਿਰ ਦੋ ਤਿੰਨ ਦਿਨ ਬਾਅਦ ਲਿਖਿਆ, ਆਰ ਯੂ ਵੇਅਰਿੰਗ ਅ ਸਮਾਈਲ, ਯੂ ਆਰ ਇਨਕੰਪਲੀਟ ਵਿਦਆਊਟ ਇਟ। ਰਾਈਟ, ਦੇਖੋ ਇੱਕ ਰਿਮਾਈਂਡ ਕਰਨ ਦੀ ਗੱਲ ਹੈਗੀ ਕਿ ਜਦ ਤੱਕ ਤੁਸੀਂ ਸਮਾਈਲ ਨਹੀਂ ਕੀਤੀ ਤਦ ਤੱਕ ਤੁਸੀਂ ਕੰਪਲੀਟ ਨਹੀਂ ਹੋ। ਇਸੇ ਤਰੀਕੇ ਨਾਲ ਜੇ ਇੱਕ ਜਗ੍ਹਾ ਹੈਗੀ, ਕੋਈ ਕਮਰਾ ਹੈਗਾ, ਉਸ ਕਮਰੇ 'ਚ ਹੀ, ਉਸ ਮਾਹੌਲ ਵਿੱਚ ਹੀ, ਮੰਨ ਲਓ ਹਰ ਦੋ ਘੰਟੇ ਬਾਅਦ, ਦਿਨ 'ਚ ਲੰਚ ਤੇ ਸਿਵਾ, ਆਫਟਰਨੂਨ ਹੁੰਦੀ ਹੈ, ਮਾਰਨਿੰਗ ਹੁੰਦੀ ਹੈ, ਹਰ ਦੋ ਘੰਟੇ ਬਾਅਦ ਜੇ ਸਾਰੇ 2 ਮਿੰਟ ਲਈ ਬ੍ਰੇਕ ਲੈਣ, ਥੋੜ੍ਹਾ ਜਿਹਾ ਸਟ੍ਰੈਚ ਬ੍ਰੇਕ ਹੋ ਜਾਏ, ਔਰ ਉਹ ਸਟ੍ਰੈਚ ਬ੍ਰੇਕ ਦੇ ਵਿੱਚ ਵੀ ਹਾਂਜੀ ਕੀ ਹਾਲ ਹੈ, ਘਰ 'ਚ ਠੀਕ ਹੈ, ਕੁਛ ਹੈ, ਪੋਸਿਬਿਲਿਟੀ ਹੈ ਕਿ ਇੰਪਲੋਈਜ਼ ਨੂੰ ਇੰਪਲੋਇਰ ਦੀ ਵੱਲੋਂ ਵਿੱਚ ਵਿੱਚ ਕੋਈ ਇਹ ਜੀ ਗਿਫਟ ਮਿਲ ਗਈ, ਚਾਹੇ ਕੋਲਡ ਡਰਿੰਕ ਹੋ ਗਈ ਜੀ ਰੋਜ਼ ਇੰਪਲੋਇਰ ਦੇ ਵੱਲੋਂ ਹੈਗੀ, ਦੈਨ ਯੂ ਸਟਾਰਟ ਫੀਲਿੰਗ ਗੁੱਡ। ਇਸ 'ਚ ਪੈਸਾ ਕੁਛ ਨਹੀਂ ਲੱਗਣਾ ਜੀ, ਲੇਕਿਨ ਇੱਕ ਫੀਲਿੰਗ ਕਿ ਸਾਡੇ ਬਾਰੇ 'ਚ ਕਿਸੇ ਨੇ ਖਿਆਲ ਰੱਖਿਆ। ਬਿਲਕੁਲ, ਇਹ ਸਿਰਫ ਤੁਹਾਡੀ ਮੋਨੋਟਰੀ ਨੂੰ ਬ੍ਰੇਕ ਕਰਨ ਲਈ ਹੈ, ਇਹ ਤੁਹਾਨੂੰ ਆਪਣੇ ਅੰਦਰ ਕਨੈਕਟ ਬਣਾਉਣ ਕਰਨ ਲਈ ਹੈਗੀ। ਐਂਡ ਮੇਕ ਬੀ ਬਾਏ ਦਾ ਐਂਡ ਆਫ ਦੀ ਈਵਨਿੰਗ ਕੁਛ ਆਰਗਨਾਈਜੇਸ਼ਨ ਨੇ ਉਹ ਕਰਦੀਆਂ ਨੇ ਕਿ ਬਿਫੋਰ ਲੋਕ ਚਾਹੁੰਦੇ ਨੇ, ਉਹਨੂੰ ਕਹਿੰਦੇ ਨੇ ਡੀਬਰੀਫਿੰਗ ਟਾਈਮ, ਕਿ ਉੱਥੇ ਕਿ ਅੱਛਾ ਜੀ ਅੱਜ ਦਾ ਕੰਮ ਹੋ ਗਿਆ, ਸਭ ਕੁਛ ਠੀਕ ਠਾਕ ਹੋ ਗਿਆ, ਹੁਣ ਕੱਲ ਸਵੇਰੇ ਤੱਕ ਕੁਛ ਨਹੀਂ ਕਰਨਾ ਹੈਗਾ। ਐਂਡ ਐਕਚੁਅਲੀ ਫੈਕਟ ਜ਼ਿੰਦਗੀ ਦਾ ਹੀ ਹੈ ਕਿ ਜਦੋਂ ਅਸੀਂ ਆਫਿਸ ਛੱਡ ਦਿੰਦੇ ਹਾਂ, ਬਾਏ ਐਂਡ ਲਾਰਜ ਅਸੀਂ ਅਗਲੇ ਦਿਨ ਸਵੇਰੇ ਤੱਕ ਕੁਛ ਨਹੀਂ ਕਰਨਾ ਹੁੰਦਾ ਜੀ, ਸੋਚ ਚੱਲਦੀ ਹੈ ਉਹਦੇ ਬਾਰੇ 'ਚ, ਤੇ ਜਿਸ ਸੋਚ ਨੂੰ ਉੱਥੇ ਰੱਖਦੇ ਹਾਂ, ਬਿਕੋਜ਼ ਉਹ ਪਲੈਨਿੰਗ ਚੱਲਦੀ ਰਹਿੰਦੀ ਹੈ, ਅੱਜ ਦਾ ਕੰਮ ਹੈ ਅਧੂਰਾ ਲੈ ਗਿਆ, ਕੱਲ ਜਾ ਕੇ ਉਹ ਪੂਰਾ ਕਰਨਾ ਹੈ। ਮੈਨੂੰ ਇੱਕ ਆਰਗਨਾਈਜੇਸ਼ਨ ਯਾਦ ਹੈ, ਉਹਨਾਂ ਨੇ ਨਾ ਹਰ ਇੰਪਲੋਈ ਲਈ ਇੱਕ ਅਲੱਗ ਅਲੱਗ ਰੰਗ ਦੀ ਕੈਪ ਬਣਾਈ, ਉਹ ਕੈਪ ਤੇ ਲਿਖਿਆ ਸੀ ਥਿੰਕਿੰਗ ਕੈਪ। ਅੱਛਾ, ਤੇ ਉਹ ਕਹਿੰਦੇ ਸੀ ਕਿ ਜਦੋਂ ਤੁਸੀਂ ਆਓ ਤੇ 1 ਮਿੰਟ ਲਈ ਪਾ ਲਓ ਕਿ ਅੱਛਾ ਹੁਣ ਮੈਂ ਇਸ ਰੋਲ 'ਚ ਆ ਗਿਆ, ਹੁਣ ਮੇਰਾ ਕੰਮ ਦਾ ਰੋਲ ਸ਼ੁਰੂ ਹੋ ਗਿਆ, ਬਾਹਰ ਜਾਓ ਤੇ ਉਹ ਰੋਲ ਜਿਹੜਾ ਹੈਗਾ ਨਾ ਉਹਨੂੰ ਉਤਾਰ ਕੇ ਜਾਓ। ਸੋ ਵੈਨ ਯੂ ਸਟਾਰਟ ਡੂਇੰਗ ਦਿਸ, ਤਾਂ ਫਿਰ ਤੁਹਾਡਾ ਮਨ 'ਚ ਜਿਹੜਾ ਹੈਗਾ ਨਾ ਇਹ ਕਿ ਜੀ ਮੈਂ ਬਾਹਰ ਦੀਆਂ ਪ੍ਰੈਸ਼ਰਸ ਲੈ ਕੇ ਆਇਆ, ਮੈਂ ਆਫਿਸ ਦੇ ਪ੍ਰੈਸ਼ਰਸ ਨੂੰ ਲੈ ਕੇ ਬਾਹਰ ਗਿਆ, ਉਹ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਐਂਡ ਐਟਮੋਸਫੀਅਰ ਨੂੰ ਜਿਵੇਂ ਸਾਹਿਲ ਜੀ ਨੇ ਕਿਹਾ, ਜਿੰਨਾ ਲਾਈਟ ਕਰ ਸਕੀਏ ਦੈਟ ਇਜ਼ ਆਲਵੇਜ਼ ਬੈਟਰ। ਐਟਮੋਸਫੀਅਰ ਨੂੰ ਸਾਹਿਲ ਭਾਈ ਸਾਹਿਬ ਆਪਾਂ ਕਿੱਦਾਂ ਲਾਈਟ ਕਰ ਸਕਦੇ ਹਾਂ? ਜਿਸ ਤਰ੍ਹਾਂ ਤੁਸੀਂ ਕਿਹਾ ਹੁਣੇ ਕਿ ਡਾਕਟਰ ਸਾਹਿਬ ਨੇ ਸੁਜੈਸਟ ਕੀਤਾ ਕਿ ਕਾਫੀ ਬ੍ਰੇਕ ਚੱਲ ਰਹੀ ਹੈ, ਤੇ ਤੁਸੀਂ ਕਿਹਾ ਜੀ ਉਹਦੇ ਵਿੱਚ ਤੇ ਫਿਰ ਗੱਪਸ਼ਪ ਚੱਲੇਗੀ। ਐਕਚੁਅਲੀ ਅੱਜ ਕੱਲ ਜੋ ਟਾਈਮ ਹੈਗਾ ਹੈ, ਜੇ ਸਪੋਜ਼ ਕਾਫੀ ਤੇ ਗੱਪਸ਼ਪ ਚੱਲ ਰਹੀ ਹੈ, ਇੱਕ ਮੋਟੀਵੇਟਿੰਗ ਚੀਜ਼ ਮੰਨੀ ਜਾਂਦੀ ਹੈ। ਕਾਫੀ ਬ੍ਰੇਕਸ ਨਾਲ ਐਕਚੁਅਲੀ ਐਨਰਜੀ ਵੱਧ ਜਾਂਦੀ ਹੈ। ਸੋ ਸਭ ਤੋਂ ਪਹਿਲੀ ਗੱਲ, ਇਹੋ ਜਿਹੀ ਚੀਜ਼ਾਂ ਨੂੰ ਨੈਗੇਟਿਵਲੀ ਦੇਖਣ ਦੀ ਅੱਜ ਕੱਲ ਹੁਣ ਲੋੜ ਨਹੀਂ ਹੈਗੀ। ਇੱਕ ਨੈਚੁਰਲ ਇਨਵਾਇਰਮੈਂਟ ਜੋ ਤੁਸੀਂ ਆਪਣੇ ਵਾਸਤੇ ਚਾਹੁੰਦੇ ਹੋ, ਉਹੀ ਐਟਮੋਸਫੇਅਰ ਦੂਜਿਆਂ ਨੂੰ ਦੇਣ ਵਾਸਤੇ ਵੀ ਇੱਕ ਖੁੱਲਾ ਦਿਲ ਰੱਖਣਾ ਚਾਹੀਦਾ। ਬਿਲਕੁਲ, ਬੌਸ ਕਹਿੰਦਾ ਹੈ ਕਿ ਮੈਂ 12 ਘੰਟੇ ਕੰਮ ਕਰ ਰਿਹਾ ਤੇ ਮੇਰੇ ਏਮਪਲੋਈ ਨੇ ਵੀ 12 ਘੰਟੇ ਕੰਮ ਕਰਨਾ ਚਾਹੀਦਾ। ਬਿਲਕੁਲ, ਲੇਕਿਨ ਅੱਜ ਕੱਲ ਇੱਕ ਫਰੀਡਮ ਆਫ ਵਰਕ, ਆਪਣੀ ਟੀਮ ਚੁਣਨ ਕੇ ਆਪਣਾ ਜਿਹੋ ਜਿਹਾ ਤੁਹਾਨੂੰ ਇਨਵਾਇਰਮੈਂਟ ਚਾਹੀਦਾ ਉਹ ਜਿਹਾ ਟਾਈਮ ਲਓ ਤੁਸੀਂ। ਤੁਸੀਂ ਪ੍ਰੋਡਕਟਿਵਿਟੀ ਚਾਹੁੰਦੇ ਹੋ ਤੇ ਇਹੋ ਜਿਹਾ ਇੱਕ ਐਟਮੋਸਫੇਅਰ, ਇੱਕ ਓਪਨ ਮਾਈਂਡਡਨੈਸ ਪਹਿਲੇ ਚਾਹੀਦੀ ਹੈ। ਉਹ ਪੁਰਾਣਾ ਜ਼ਮਾਨਾ ਸੀਗਾ ਕਿ ਤੁਸੀਂ ਇੱਕ ਇੱਕ ਚੀਜ਼ ਮੋਨੀਟਰ ਕਰ ਰਹੇ ਹੋ, ਬਹੁਤ ਸਾਰੀ ਆਰਗਨਾਈਜੇਸ਼ਨ ਜਿਹਨਾਂ 'ਚ ਅੱਜ ਕੱਲ੍ਹ ਟੂਲਸ ਹੈਗੇ ਹੈ ਟਾਈਮ ਦੇਖਣ ਦੇ, ਹੈ ਨਾ, ਕੌਣ ਆ ਰਿਹਾ, ਕਿੰਨੇ ਵਜੇ ਜਾ ਰਿਹਾ, ਦੇਖਦੇ ਹੋਏ ਵੀ ਨਹੀਂ ਦੇਖਦੀਆਂ, ਫਰੀਡਮ ਦਿੰਦੀਆਂ, ਕੋਈ ਨਹੀਂ ਯੂ ਆਰ ਲਿਟਲ ਲੇਟ, ਠੀਕ ਹੈ। ਸੋ ਇਹ ਇੱਕ ਫਰੀਡਮ ਦੇਣਾ, ਐਂਡ ਅਦਰਵਾਈਜ਼ ਜਿੰਨਾ ਅਸੀਂ ਇਸ ਚੀਜ਼ ਨੂੰ ਵਧਾਵਾਂਗੇ ਓਨਾ ਹੀ ਪ੍ਰੋਡਕਟਿਵਿਟੀ ਵਧੇਗੀ। ਬਿਕੋਜ਼ ਇਹ ਜਿਹੜੀ ਹੈਪੀਨੈਸ ਆਪਣੇ ਕੰਮ 'ਤੇ ਇਹ ਕਨੈਕਟਿਡ ਹੈ ਸਾਡੀ ਲਾਈਫ ਦੇ ਨਾਲ। ਬਿਲਕੁਲ, ਐਂਡ ਖੁਸ਼ੀ ਵਾਸਤੇ 3 ਮੇਨ ਕ੍ਰਾਈਟੀਰੀਆ ਮੰਨੇ ਜਾਂਦੇ ਹੈ, ਜੋ ਲੋਕ ਅਧਿਆਤਮਿਕਤਾ 'ਚ ਨਹੀਂ ਵੀ ਹੈਗੇ ਉਹਨਾਂ ਵਾਸਤੇ ਵੀ, ਕਿ ਸਪੋਜ਼ ਤੁਸੀਂ ਮੈਰਿਡ ਹੋ, ਤੁਹਾਡੀ ਅੱਛੀ ਜਿਹੀ ਰਿਲੇਸ਼ਨਸ਼ਿਪ ਹੈ ਆਪਸ 'ਚ, ਤਾਂ ਇੱਕ ਬੜਾ ਵੱਡਾ ਫੈਕਟਰ ਮੰਨਿਆ ਜਾਂਦਾ। ਦੂਜਾ, ਤੁਹਾਡੇ ਰਿਲੇਸ਼ਨਸ਼ਿਪਸ ਵਿੱਚ ਤੁਹਾਡੇ ਕੋਲ ਇਹੋ ਜਿਹੇ ਲੋਕ ਹੈਗੇ ਹੈ ਜਿਨ੍ਹਾਂ 'ਤੇ ਤੁਸੀਂ ਆਪਣੇ ਮਾੜੇ ਟਾਈਮ 'ਤੇ ਜਾਂ 1-2 ਲੋਕ ਟਰਸਟ ਕਰ ਸਕਦੇ। ਤੀਜਾ, ਤੁਹਾਡੇ ਜਿਹੜਾ ਕੰਮ ਹੈ ਉਹ ਮੀਨਿੰਗਫੁਲ ਹੈ ਕਿ ਨਹੀਂ ਹੈ। ਮੀਨਿੰਗਫੁਲ ਮਤਲਬ, ਮਤਲਬ ਕਿਆ ਤੁਹਾਨੂੰ ਉਹ ਕੰਮ ਕਰਕੇ, ਕੰਮ ਪੈਸੇ ਘੱਟ ਵੀ ਹੋਣ, ਬਟ ਕਿਆ ਤੁਹਾਨੂੰ ਐਸਾ ਮਹਿਸੂਸ ਹੋ ਰਿਹਾ ਕਿ ਮੇਰੀ ਜ਼ਿੰਦਗੀ ਬਹੁਤ ਅੱਛੀ, ਮਤਲਬ ਤੁਸੀਂ ਇਹੋ ਜਿਹੇ ਉਹਦੇ ਵਿੱਚ
ਗੁੜ ਜਾਂਦੇ ਹੋ ਮਤਲਬ ਮੈਨੂੰ ਸੈਟੀਸਫਾਈਡ ਲੱਗ ਰਿਹਾ ਕੰਮ ਕਰਨ ਤੋਂ ਬਾਅਦ ਡਾਕਟਰ ਸਾਹਿਬ ਕਾਉਂਸਲਿੰਗ ਹੀ ਕਰਦੇ ਆ ਹੁਣ ਉਹ ਕਾਉਂਸਲਿੰਗ ਕਰਕੇ ਕਿਸੇ ਦੇ ਜੀਵਨ ਨੂੰ ਬਦਲ ਕੇ ਇਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਇਹਨਾਂ ਨੂੰ ਇੱਕ ਸੈਟੀਸਫੈਕਸ਼ਨ ਮਿਲਦੀ ਹੈ ਕਿ ਮੈਂ ਇੱਕ ਆਤਮਾ ਦਾ ਜੀਵਨ ਬਦਲਦਾ ਸੋ ਇਹ ਹੋ ਗਿਆ ਮੀਨਿੰਗਫੁਲ ਵਰਕ ਇਹਨਾਂ ਵਾਸਤੇ ਸਪੋਜ਼ ਤੁਹਾਡੇ ਸਪਾਜ਼ ਹੈਗੇ ਆ ਹੁਣ ਕਿਸੇ ਨੂੰ ਤੁਸੀਂ ਬਿਊਟੀਫਾਈ ਕਰਕੇ ਉਹਦੇ ਚਿਹਰੇ ਤੇ ਜਦ ਖੁਸ਼ੀ ਦੇਖਦੇ ਹੋ ਤੁਹਾਨੂੰ ਲੱਗਦਾ ਹਾਂ ਮੈਂ ਕੁਛ ਕੀਤਾ ਮੈਂ ਕਿਸੇ ਦੇ ਲਾਈਫ ਵਿੱਚ ਖੁਸ਼ੀ ਲੈ ਆਈ ਹਾਂ ਇਹ ਚੀਜ਼ ਤੁਹਾਨੂੰ ਮੈਟਰ ਕਰਦੀ ਹੈ ਫਿਰ ਤੁਹਾਡੇ ਵਾਸਤੇ ਪੈਸਾ ਸੈਕੰਡਰੀ ਹੋ ਜਾਂਦਾ ਐਂਡ ਪੈਸਾ ਫਿਰ ਆਪੇ ਆਉਂਦਾ ਬਿਕੋਜ਼ ਤੁਹਾਡਾ ਫੋਕਸ ਫਿਰ ਪੈਸਾ ਨਹੀਂ ਹੈ ਤੁਹਾਡਾ ਫੋਕਸ ਹੈ ਤੁਹਾਡਾ ਉਹ ਮੀਨਿੰਗ ਤੁਸੀਂ ਕਿਉਂ ਉਹ ਕੰਮ ਕਰ ਰਹੇ ਹੋ ਜਦ ਉਹ ਤੁਹਾਨੂੰ ਖੁਸ਼ੀ ਦੇਣ ਲੱਗ ਪੈਂਦਾ ਤੇ ਫਿਰ ਆਟੋਮੈਟਿਕਲੀ ਸੋ ਜੋ ਵੀ ਸਟਾਫ ਹੈ ਸੰਸਥਾ ਵਿੱਚ ਸਭ ਨੂੰ ਆਪਣੇ ਕੰਮ ਵਿੱਚ ਇਹ ਮੀਨਿੰਗ ਦਿਖਾਉਣਾ ਕਿ ਜੋ ਕਰ ਰਹੇ ਹੋ ਕਿੰਜ ਉਹ ਕਿੰਜ ਕੰਟਰੀਬਿਊਟ ਕਰ ਰਹੇ ਕੰਪਲੀਟ ਪਿਕਚਰ ਨੂੰ ਤੁਸੀਂ ਜੀ ਸਤਨਾਮ ਜੀ ਜੀ ਅੱਜ ਇੱਕ ਡਰੈਸ ਖਰੀਦਣੀ ਹੈ ਹਾਂਜੀ ਤੇ ਤੁਸੀਂ ਇੱਕ ਸਟੋਰ ਚ ਵੜੇ ਜੀ ਉੱਥੇ ਹਰ ਬੰਦਾ ਨਾ ਬੜਾ ਪ੍ਰੋਪਰ ਤਰੀਕੇ ਨਾਲ ਬਿਨਾਂ ਸਮਾਈਲ ਕੀਤੇ ਅੱਛੀ ਤਰੀਕੇ ਨਾਲ ਕੰਮ ਕਰ ਰਿਹਾ ਔਰ ਦੂਜੇ ਸਟੋਰ ਚ ਗਏ ਉੱਥੇ ਜਾ ਕੇ ਬੰਦਾ ਹਰ ਖੁਸ਼ਨੁਮਾ ਉਹਨੇ ਤੁਹਾਨੂੰ ਅੰਦਰ ਪਿਆਰ ਨਾਲ ਬੁਲਾਇਆ ਜੋ ਜੋ ਕਰ ਰਹੇ ਹੋ ਉਹਦੇ ਨਾਲ ਰਿਸਪੋਂਡ ਕੀਤਾ ਆਪਸ ਚ ਉਹਨਾਂ ਦਾ ਬਿਹੇਵੀਅਰ ਬਹੁਤ ਅੱਛਾ ਸੀਗਾ ਉਹਨਾਂ ਨੇ ਤੁਹਾਨੂੰ ਚਾਹ ਕੌਫੀ ਪੀਤੀ ਤੁਹਾਨੂੰ ਬਹੁਤ ਅੱਛਾ ਉੱਥੇ ਲੱਗਿਆ ਕਿੱਥੋਂ ਖਰੀਦੋਗੇ ਸੇਮ ਡਰੈਸ ਹੈ ਸੇਮ ਪੈਸੇ ਨੇ ਜਿੱਥੇ ਮੈਨੂੰ ਮਾਹੌਲ ਅੱਛਾ ਲੱਗ ਰਿਹਾ ਓਬਵੀਅਸਲੀ ਮੈਂ ਉੱਥੇ ਜਾਵਾਂਗੀ ਹਰ ਜਗ੍ਹਾ ਦੇ ਉੱਤੇ ਜਿਹੜੀ ਆਰਗੇਨਾਈਜੇਸ਼ਨ ਹਾਂਜੀ ਵੈਰਾਈਟੀ ਵੀ ਹੋਣੀ ਚਾਹੀਦੀ ਹੈ ਦੋਨਾਂ ਦੀ ਵੈਰਾਈਟੀ ਸੇਮ ਹੈਗੀ ਸੇਮ ਸਟੋਰਸ ਨੇ ਫਿਰ ਠੀਕ ਹੈ ਜਿਹੜੇ ਬਿਜ਼ਨੈਸਿਸ ਜਿੱਥੇ ਇੰਪਲੋਈਜ਼ ਖੁਸ਼ ਨੇ ਉਹ ਇੰਪਲੋਈਜ਼ ਆਪਣੇ ਕਸਟਮਰਸ ਨੂੰ ਵੀ ਖੁਸ਼ ਕਰਦੇ ਨੇ ਇਟ ਇਜ਼ ਗੁੱਡ ਫਾਰ ਬਿਜ਼ਨੈਸ ਔਰ ਇਹ ਆਪੇ ਹੀ ਹੁੰਦਾ ਇਟ ਇਜ਼ ਨਾਟ ਅ ਪੁੱਟ ਔਨ ਜਿਹੜੀ ਖੁਸ਼ੀ ਤੁਹਾਨੂੰ ਆ ਰਹੀ ਹੈ ਨਾ ਉਹ ਇਨਫੈਕਸ਼ੀਅਸ ਹੈਗੀ ਜੇ ਮੈਨੂੰ ਅੰਦਰੋਂ ਖੁਸ਼ੀ ਆ ਰਹੀ ਹੈ ਤੇ ਮੈਂ ਸਮਾਈਲ ਕਰਾਂਗਾ ਹੀ ਕਰਾਂਗਾ ਮੈਂ ਸਮਾਈਲ ਕਰਾਂਗਾ ਕਿ ਤੁਸੀਂ ਦੇਖ ਕੇ ਮੈਨੂੰ ਸਮਾਈਲ ਕਰੋਗੇ ਹੀ ਕਰੋਗੇ ਤਾਂ ਇਹ ਪ੍ਰੋਸੈਸ ਹੈਗਾ ਇਹ ਸਰਕਲ ਜਿਹੜਾ ਹੈਗਾ ਨਾ ਇਹ ਆਪੇ ਕੰਪਲੀਟ ਹੁੰਦਾ ਹੈਗਾ ਅੱਛਾ ਦੂਜੀ ਇੱਕ ਹੋਰ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਖੁਸ਼ ਹੁੰਦੇ ਹਾਂ ਨਾ ਤੇ ਸਾਡੀ ਬਾਡੀ 'ਚ ਕੁਛ ਖਾਸ ਤਰ੍ਹਾਂ ਦੇ ਹਾਰਮੋਨਸ ਨਿਕਲਦੇ ਨੇ ਅਸੀਂ ਉਹਨੂੰ ਐਂਡੋਰਫਿਨਸ ਕਹਿੰਦੇ ਹਾਂ ਐਂਡੋਰਫਿਨਸ ਜਿਹੜੇ ਨੇ ਨਾ ਉਹ ਸਾਨੂੰ ਜ਼ਿਆਦਾ ਦੇਰ ਤੱਕ ਕੰਮ ਕਰਨ ਲਈ ਮੋਟੀਵੇਟ ਕਰਦੇ ਨੇ ਐਕਟਿਵਨੈਸ ਐਨਰਜੀ ਨੂੰ ਵਧਾਉਂਦੇ ਨੇ ਸਾਡੀ ਐਬਿਲਿਟੀ ਟੂ ਫੋਕਸ ਕੰਸਨਟ੍ਰੇਟ ਉਹਨੂੰ ਵੀ ਵਧਾਉਂਦੇ ਨੇ ਔਰ ਡੇ ਟੂ ਡੇ ਦੇ ਜਿੰਨੇ ਟੌਕਸਿਨਸ ਵਧੇ ਨੇ ਉਹਨਾਂ ਨੂੰ ਘੱਟ ਕਰਦੇ ਨੇ ਉਹ ਨੈਚੁਰਲ ਹਾਈ ਦਿੰਦੇ ਨੇ ਲਿਫਟ ਦਿੰਦੇ ਨੇ ਤੇ ਅਸੀਂ ਜੇ ਉਹਨੂੰ ਬਣਾਉਣ ਦਾ ਤਰੀਕਾ ਕਰ ਲਈਏ ਤੇ ਫਿਰ ਸ਼ਾਮੀ ਜਿਹੜੀ ਦੂਜੀ ਖੁਸ਼ੀ ਬੋਤਲਾਂ ਚ ਢੂੰਡਦੇ ਆ ਉਹ ਢੂੰਡਣ ਦੀ ਜ਼ਰੂਰਤ ਹੀ ਨਹੀਂ ਪੈਣੀ ਲੋੜ ਨਹੀਂ ਪੈਗੀ ਕਿਉਂਕਿ ਪੂਰਾ ਦਿਨ ਫਿਰ ਐਕਟਿਵਨੈਸ ਨਾਲ ਜਾਏਗਾ ਅੱਛੇ ਐਟਮੋਸਫੇਅਰ ਚ ਜਾ ਰਿਹਾ ਹੈ ਤੇ ਆਟੋਮੈਟਿਕ ਖੁਸ਼ੀ ਜੋ ਹੈ ਉਹ ਵੀ ਤੁਹਾਡੀ ਸਾਡੀ ਬਰਕਰਾਰ ਰਹੇਗੀ ਅੱਛਾ ਨਾਲ ਹੀ ਨਾਲ ਨਾ ਮੈਂ ਇੱਕ ਬਹੁਤ ਵੱਡੀ ਚੀਜ਼ ਜਿਹੜੀ ਕਿ ਹੁਣ ਸਟੱਡੀਜ਼ ਚ ਆ ਰਹੀ ਹੈ ਇਹਨਾਂ ਨੇ ਕੁਛ ਫੈਕਟਰਸ ਦੱਸੇ ਇੱਕ ਫੈਕਟਰ ਜਿਹੜਾ ਬਹੁਤ ਇੰਪੋਰਟੈਂਟ ਹੈਗਾ ਉਹ ਹੈਗਾ ਗ੍ਰੈਟੀਟਿਊਡ ਬਿਲਕੁਲ ਟੂ ਬੀ ਏਬਲ ਟੂ ਗਿਵ ਥੈਂਕਸ ਫਾਰ ਐਵਰੀਥਿੰਗ ਇਨ ਯੋਰ ਲਾਈਫ ਔਰ ਐਵਰੀਥਿੰਗ ਜਿਹੜੀ ਹੈ ਨਾ ਇੰਕਲੂਡਿੰਗ ਮੈਂ ਜੇ ਇਸ ਸਮੇਂ ਅੱਛੇ ਤਰੀਕੇ ਨਾਲ ਸਾਹ ਲੈ ਪਾ ਰਿਹਾ ਬਹੁਤ ਵੱਡੀ ਗੱਲ ਹੈ ਬਹੁਤ ਸਾਰੇ ਲੋਕ ਨੇ ਜਿਹਨਾਂ ਨੂੰ ਅਸਥਮਾ ਹੈਗਾ ਬਹੁਤ ਸਾਰੇ ਲੋਕ ਨੇ ਜਿਹੜੇ ਆਈਸੀਯੂ ਚ ਨੇ ਜੇ ਮੈਂ ਚੱਲ ਪਾ ਰਿਹਾ ਬਹੁਤ ਵੱਡੀ ਗੱਲ ਹੈ ਕਈਆਂ ਦੇ ਗੋਡੇ ਜਿਹੜੇ ਨੇ ਪੂਰਾ ਜਵਾਬ ਦੇ ਚੁੱਕੇ ਨੇ ਬਿਲਕੁਲ ਜੇ ਅੱਜ ਮੇਰੇ ਕੋਲ ਖਾਣ ਨੂੰ ਪੈਸਾ ਹੈਗਾ ਬਹੁਤ ਵੱਡੀ ਗੱਲ ਹੈ ਬਹੁਤ ਲੋਕਾਂ ਕੋਲ ਨਹੀਂ ਹੈਗਾ ਮਤਲਬ ਜੋ ਵੀ ਕਰ ਰਹੇ ਹੋ ਜਿੰਨਾ ਵੀ ਕਰ ਰਹੇ ਹੋ ਔਰ ਜਿੰਨਾ ਵੀ ਮਿਲ ਰਿਹਾ ਹੈ ਉਹਦੇ 'ਚ ਥੈਂਕਫੁਲ ਰਹਿਣਾ ਹੈ ਗੋਡ ਲਈ ਵੀ ਔਰ ਜੋ ਤੁਹਾਨੂੰ ਦੇ ਰਿਹਾ ਹੈ ਉਹਦੇ ਲਈ ਵੀ ਫਿਰ ਉਹ ਆਪੇ ਹੀ ਅੰਦਰ ਰਹਿੰਦਾ ਆਪਣੇ ਆਪ ਆਉਂਦਾ ਰਹੇਗਾ ਔਰ ਭਰਪੂਰਤਾ ਆਪਣੇ ਆਪ ਮਿਲਦੀ ਰਹੇਗੀ ਅੱਜ ਦਾ ਐਪੀਸੋਡ ਸਾਡਾ ਬਹੁਤ ਹੀ ਪੋਜ਼ਿਟਿਵ ਰਿਹਾ ਔਰ ਬਹੁਤ ਹੀ ਅੱਛੀ ਅੱਛੀ ਚੀਜ਼ਾਂ ਜੋ ਤੁਸੀਂ ਦੱਸੀਆਂ ਜੋ ਮੈਂ ਵੀ ਚਾਹਾਂਗੀ ਕਿ ਮੈਂ ਵੀ ਆਪਣੇ ਕੰਮ 'ਚ ਇਹਨਾਂ ਨੂੰ ਅਜ਼ਮਾਵਾਂ ਅਤੇ ਖੁਸ਼ੀ ਖੁਸ਼ੀ ਕੰਮ ਕਰਾਂ ਤਾਂ ਕਿ ਅਸੀਂ ਤੁਹਾਡੇ ਸਪਾ 'ਚ ਆ ਸਕੀਏ ਹਾਂ ਬਿਲਕੁਲ ਮੋਸਟ ਵੈਲਕਮ ਠੀਕ ਹੈ ਅੱਜ ਦੇ ਪ੍ਰੋਗਰਾਮ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਦੋਸਤੋ ਕਿਵੇਂ ਛੋਟੀ ਛੋਟੀ ਚੀਜ਼ਾਂ ਨੂੰ ਅਸੀਂ ਜੋ ਨਜ਼ਰਅੰਦਾਜ਼ ਕਰ ਦਿੰਦੇ ਹਾਂ ਸਿਰਫ ਉਹਨਾਂ ਨੂੰ ਦੇਖ ਕੇ ਔਰ ਉਹਨਾਂ ਨੂੰ ਅਪਣਾਉਣ ਦੀ ਲੋੜ ਹੈ ਇੱਕ ਐਟਮੋਸਫੇਅਰ ਕ੍ਰੀਏਟ ਕਰਨ ਦੀ ਲੋੜ ਹੈ ਜੋ ਕਿ ਆਟੋਮੈਟਿਕ ਨਹੀਂ ਬਣੇਗਾ ਉਹ ਸਾਨੂੰ ਹੀ ਕ੍ਰੀਏਟ ਕਰਨਾ ਪਏਗਾ ਜੇ ਇਹਨਾਂ ਨੁਸਖਿਆਂ ਨੂੰ ਆਪਣੀ ਜ਼ਿੰਦਗੀ 'ਚ ਅਸੀਂ ਅਜ਼ਮਾ ਲਾਂਗੇ ਤਾਂ ਇਹ ਜੋ ਵਾਇਰਸ ਹੈ ਖੁਸ਼ੀ ਦਾ ਇਹ ਆਪਣੇ ਆਪ ਫੈਲਦਾ ਚਲਾ ਜਾਏਗਾ ਫਿਰ ਮਿਲਾਂਗੇ ਅਗਲੀ ਕੜੀ 'ਚ ਓਮ ਸ਼ਾਂਤੀ ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਡਲੀਵੁੱਡ ਸਟੂਡੀਓ ਸ਼ਾਂਤੀਵਨ ਮੋਬਾਈਲ ਨੰਬਰ 8094993437 ਈਮੇਲ punjabi.gws@gmail.com